बिस्मिल्लाहिर रहमानिर रहीम। अस्सलाम वालेकुम प्यारे व्यूअर्स, की हाल है? ठीक ठाक हो? अल्लाह पाक तुहानू खुश रखे जी। हसते रहो तो वसते रहो। अल्लाह पाक तमाम मुसलमान दी मुसीबतां परेशानियां और बीमारियों को महफूज रखे जी। अल्लाह पाक तमाम मुसलमानों के जितने जिदो कार फौत हो चुके उन्हां दी बख्शिश करे। अल्लाह पाक साढ़े वालदेन की भी बख्शिश करे, उन्हें उन्होंने दर्जात बुलंद करे जी। प्रोग्राम बन रहा अज करोड़ अपना फतेहपुर शहर जान का, उत्थे लगा हुआ वा आई कैंप लगा हुआ, फ्री आई कैंप, यानी कि नज़र वगैरह चेक कर दे। डॉक्टर साहब आते काफ़ी सारे उत्थे, डॉक्टर आसिया इकबाल दे, अल्लाह खैर करे। मेरा ब्यौहें से पट्ठे पुठे वढ़ के तो तैयार होकर जा रहे हूँ फतेहपुर जी, तो उस उत्थे जा तुहानू विजिट कराने की माहौल आ उत्थे जी, किन्ना कु रश वा, अल्लाह खैर करे। इस तो पहले जिन्हें भरा सा चैनल सबसक्राइब नहीं किया हले, और मेरे भरा अच्छी छेती चैनल सबसक्राइब कर लें जी। साड़ी वीडियो नू लाइक तो शेयर भी कर दिया करो जी, तुहाड़ी मोहब्बत साढ़े नाल। अल्लाह खैर करे तो जिन्हें भरावान सा चैनल सबसक्राइब किया होया, असं उन्होंने शुक्रगुजार हाँ कि उन्हें सारे नाल तावन किया है। अल्लाह पाक उन्होंने खुश रखे, उन्होंने रिजक च उम्र च बरकत दे। 14 अगस्त की भी आमद आमद आ, साढ़े महल के काफ़ी झंडे लगे हुए, तुम दिखाने आए देखो, ए दो झंडे इधर लगे हुए आ, एक झंडा और लगा, ए देखो फिर एक झंडा लगा हुआ, दो झंडे और पिछे लगे हुए जी, एक झंडा इधर लगा जी। 14 अगस्त की आमद आमद आ, जश्न आज़ादी मुबारक। आसमान बिल्कुल साफ आ जी, हवा चलती पई है जनूब दी हवावां, तो पसीना नहीं सुकदा सारा दिन ही। अल्लाह खैर करे जी, चलते हैं फतेहपुर जी, तुम दिखाने उतों का माहौल। जी फ्री आई कैंप लगा हुआ कोकम के अस्पताल के, काफ़ी सारा रश, अज अखा का मुफ्त इलाज हो रहा, चेकअप हो रहा अखा का। हाँ जी तेल जल खैर कर वापस जा रहे घर नू, फतेहपुर आए हुए थे दवाई लेने से की। लगा हुआ आई कैंप नजर चेक करवानी सी, वो चेक कराई नौकर माहौल दिखाया, फ्री आई कैंप जरा हों काफ़ी रश सी उ, आए हुए सियासी लोग भी आए हुए थी, तो दूजे आम शहरी भी आए हुए थे,
ਫਤਿਹਪੁਰ ਸ਼ਹਿਰ ਦੇ ਇਲਾਕੇ ਲਾਗੇ ਬੰਨੇ ਦੇ ਚੱਕਾਂ ਦੇ ਲੋਕ ਅੱਖਾਂ ਚੈੱਕ ਕਰਾਉਣ, ਅੱਖਾਂ ਦਾ ਆਪਰੇਸ਼ਨ ਵੀ ਹੋ ਰਿਹਾ ਸੀ ਇੱਥੇ। ਤਕਰੀਬਨ 2000 ਲੋਕਾਂ ਦਾ ਉੱਥੇ ਦੱਸ ਰਿਹਾ ਸੀ ਵੀ ਅੱਖਾਂ ਦੀ ਨਜ਼ਰ ਚੈੱਕ ਹੋ ਰਹੀ ਆ, ਅਤੇ ਜਿਨ੍ਹਾਂ ਦੇ ਐਨਕਾਂ ਲੱਗਣੀਆਂ ਉਹਨਾਂ ਦੇ ਐਨਕਾਂ ਲੱਗਣੀਆਂ, ਅਤੇ ਜਿਨ੍ਹਾਂ ਦੇ ਆਪਰੇਸ਼ਨ ਆ ਉਹਨਾਂ ਦੇ ਆਪਰੇਸ਼ਨ ਦੱਸੇ ਹੋਏ। ਗਰਮੀ ਅੱਜ ਕਾਫੀ ਆ ਜੀ, ਤਕਰੀਬਨ 10 ਦਿਨ ਹੋ ਚੱਲੇ ਸਾਡੇ ਇਲਾਕੇ ਵਿੱਚ ਮੌਸਮ, ਗਰਮ ਹਵਾਵਾਂ ਚੱਲਦੀਆਂ, ਗਰਮ ਵੀ ਮੌਸਮ, ਕਰੋਨਾ ਪਾਕ ਰਹਿਮਤ ਦੀ ਬਾਰਿਸ਼ ਦੇਵੇ ਜੀ। ਇਹ ਦਿਨ ਵੈਸੇ ਹੈ ਤਾਂ ਬਾਰਿਸ਼ਾਂ ਦੇ ਆ ਮੌਨਸੂਨ ਸੀਜ਼ਨ ਦੇ, ਲੇਕਿਨ ਮੌਨਸੂਨ ਸੀਜ਼ਨ ਇਸ ਟਾਈਮ ਕਮਜ਼ੋਰ ਹੋਇਆ ਹੋਇਆ। ਉਮੀਦ ਆ ਕਿ ਵੀ ਅਗਸਤ ਦੇ ਆਖਰ ਦੇ ਉੱਤੇ ਇੱਕ ਦਫ਼ਾ ਫਿਰ ਮੌਨਸੂਨ ਜਿਹੜਾ ਉਹ ਐਕਟਿਵ ਹੋਏਗਾ ਅਤੇ ਮੁਲਕੀਰ ਬਾਰਿਸ਼ਾਂ ਹੋਣਗੀਆਂ। ਐਤਕੀ ਉਮੀਦ ਕੀਤੀ ਜਾ ਰਹੀ ਆ ਵੀ ਐਤਕੀ ਸਰਦੀਆਂ ਦੇ ਵਿੱਚ ਬਾਰਿਸ਼ਾਂ ਜ਼ਿਆਦਾ ਹੋਇਆ ਕਰਨਗੀਆਂ, ਅਤੇ ਗਰਮੀਆਂ 'ਚ ਘੱਟ ਅਤੇ ਸਖ਼ਤ ਗਰਮੀ ਪਿਆ ਕਰਨੀ। ਲੋਕਾਂ ਨੇ ਮੂੰਗੀ ਵੱਢ ਕੇ ਰੱਖੀ ਹੋਈ ਆ, ਫਸਲਾਂ ਤਕਰੀਬਨ ਸਾਰੀਆਂ ਤਿਆਰ ਆ, ਮੂੰਗੀ ਵੀ ਤਿਆਰ ਆ, ਤਿਲਾਂ ਦੀ ਫਸਲ ਵੀ ਬਿਲਕੁਲ ਤਿਆਰ ਆ, ਅਤੇ ਬਕਾਵੇਂ ਬਾਜ ਦੇ ਲੋਕ ਬੀਜ ਰਹੇ ਆ। ਅਤੇ ਕਪਾਹਾਂ ਵੀ ਤਕਰੀਬਨ ਤਿਆਰ ਆ, ਫੁੱਲਾਂ ਦੇ ਆਏ, ਟਿੰਡਿਆਂ ਦੇ ਕਪਾਹ ਖਿੜੀ ਹੋਈ ਆ। ਆਸਮਾਨ ਦੇ ਬੱਦਲ ਬੜੇ ਹਲਕੇ ਹਲਕੇ ਗਹਿਰੇ ਗਹਿਰੇ, ਆਸਮਾਨ ਦੀ ਖੂਬਸੂਰਤੀ ਵਾਸਤੇ। ਇਹਦੀ ਚੱਕਾਂ ਵਾਲੇ ਰੋਡ ਆ, ਆਸੇ ਪਾਸੇ ਸਰਸਬਜ਼ ਖੇਤ, ਸੋਹਣੇ ਪੰਜਾਬ ਦੇ ਸੋਹਣੇ ਖੇਤ, ਫਸਲਾਂ ਅਤੇ ਬਾਗਾਤ ਲੱਗੇ ਹੋਏ ਆ ਮਾਲਟਿਆਂ ਦੇ। ਸਾਡੇ ਇਲਾਕੇ ਜ਼ਿਆਦਾ ਕਿਨੂਆਂ ਦੇ ਅਤੇ ਫਰੂਟਰ, ਮੌਸੰਮੀ, ਤਕਰੀਬਨ ਹਰ ਕਿਸਮ ਦੇ ਬਾਗ ਹੈਗੇ ਆ। ਇਹ ਸਬਜ਼ੀ ਲਾਈ ਹੋਈ ਕੱਦੂ, ਕੱਦੂ ਸ਼ੇਵ ਫਲੀਆਂ, ਰਵਾਵਾਂ ਦੀਆਂ ਫਲੀਆਂ ਜਿਨ੍ਹਾਂ ਨੂੰ ਕਹਿੰਦੇ ਲੋਬੀਆ, ਪੰਦਰਾਂ ਚੱਕ ਚ ਪਹੁੰਚ ਚੱਲੇ ਆ ਜੀ। ਪੰਦਰਾਂ ਚੱਕ ਤੋਂ ਚੜਾਂਗੇ ਮੇਨ ਰੋਡ ਅਸੀਂ 15 ਚੱਕ ਕ੍ਰਾਸ ਕਰ ਰਹੇ ਹਾਂ ਜੀ। ਇਹ ਦੇਖੋ ਰੋਡ ਦੇ ਨਾਲ ਨਾਲ ਬੜੇ ਖੂਬਸੂਰਤ ਬਾਗ, ਇਹ ਮਿੱਠਿਆਂ ਦਾ ਬਾਗ ਲੱਗਾ ਹੋਇਆ ਜੀ ਸ਼ਹਿਰਾਂ ਦੇ ਉੱਤੇ, ਬੜੇ ਖੂਬਸੂਰਤ ਬਾਗ ਆ। ਆਹੋ ਜੀ 10 ਨਹਿਰ ਆ ਗਈ ਜੀ, ਉਹ ਵੀ ਸੁੱਕੀ ਹੋਈ। ਥੋੜ੍ਹਾ ਥੋੜ੍ਹਾ ਪਾਣੀ ਚੱਲ ਰਿਹਾ ਅੱਜ, ਲੋਕਾਂ ਨੇ ਤੇਲ ਵੱਢ ਕੇ ਖੜੇ ਕੀਤੇ ਹੋਏ ਆਪਣੇ ਰਕਬੇ 'ਚ, ਇਹਨਾਂ ਹੁਣ ਸੋਗਿਆਂ ਦੇ ਵਿੱਚ ਝਾੜਨਗੇ, ਅਸੀਂ ਵੀ ਜਾ ਕੇ ਤੇਲ ਝਾੜਨੇ ਘਰ ਜਾ ਕੇ। ਲੱਖਾ ਕਰੇ ਤੇਲ ਫਸਲ ਤਿਆਰ ਹੋਈ ਖੜੀ ਆ, ਮਾਸ਼ਾਅੱਲਾ ਤੇਲ ਜਿਹੜੇ ਆ ਸੋਹਣੇ ਨਿਕਲਦੇ ਪਏ ਆ, ਰੇਟ ਵੀ ਮਾਸ਼ਾਅੱਲਾ ਬੜਾ ਤੇਲਾਂ ਦਾ ਯਾਰ ਕੀ। ਇਹ ਨਾ ਦੇ ਇਹ ਨਾ ਦੇ ਇਹ ਨਾ ਦੇ
ਉਹ ਸਾਹਮਣੇ ਮੇਨ ਰੋਡ ਆ ਗਿਆ ਰੋਡ ਤੋਂ ਫਤਿਹਪੁਰ ਰੋਡ ਫਰੂਟਾਂ ਵਾਲਾ ਬਾਗ ਹੈ ਜੀ ਬੜਾ ਖੂਬਸੂਰਤ ਬਾਗ ਫਰੂਟਾਂ ਵਾਲਾ ਹਰ ਕਿਸਮ ਸਾਡੇ ਇਲਾਕੇ 'ਚ ਪਾਈ ਜਾਂਦੀ ਹੈ ਜੀ ਹਰ ਕਿਸਮ ਦੀ ਫਸਲਾਂ ਸਾਰੀਆਂ ਤਿਆਰ ਹੁੰਦੀਆਂ ਮੋਟਰਸਾਈਕਲ ਪੈਂਚਰ ਗਰੀਬ ਆਮ ਦਾ ਵੀ ਸੋਚਣ ਐਸੇ ਕਿਹੜੇ ਕਿਹੜੇ ਖੱਡ ਪਏ ਹੋਏ ਆ